ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ ਤੇ ਸੂਬੇ ਦੇ ਸਰੋਕਾਰ ਨਾਲ ਜੁੜੀਆਂ ਤਮਾਮ ਖਬਰਾਂ ਲੈ ਕੇ ਮੈਂ ਰੋਮਨ ਬਾਜਵਾ ਹਾਜ਼ਰ ਹਾਂ ਬੁਲਟਿਨ ਦਾ ਆਗਾਜ਼ ਕਰਦੇ ਹੁਣ ਤੱਕ ਦੀਆਂ ਖਾਸ ਖਬਰਾਂ ਦੇ ਨਾਲ ਫਰਾਂਸ ਦੇ ਪੈਰਿਸ ਵਿੱਚ ਇੱਕ ਮੈਗਜ਼ੀਨ ਦਫ਼ਤਰ 'ਚ ਅੱਤਵਾਦੀ ਹਮਲਾ ਨਕਾਬਪੋਸ਼ ਬੰਦੂਕਧਾਰੀਆਂ ਨੇ ਅੰਨੇਵਾਹ ਗੋਲੀਆਂ ਚਲਾ ਕੇ ਕਈਆਂ ਨੂੰ ਉਤਾਰਿਆ ਮੌਤ ਦੇ ਘਾਟ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਜ਼ਕੀਰ ਰਹਿਮਾਨ ਲਖਵੀ ਦੀ ਜ਼ਮਾਨਤ ਹੋਈ ਰੱਦ ਪਾਕਿਸਤਾਨ ਹਾਈ ਕੋਰਟ ਨੇ ਲਖਵੀ ਦੀ ਜ਼ਮਾਨਤ ਅਰਜ਼ੀ ਨੂੰ ਕੀਤਾ ਖਾਰਿਜ ਬੰਦੀ ਸਿੱਖ ਕੈਦੀਆਂ ਦੀ ਰਿਹਾਈ ਦੇ ਮਾਮਲੇ ਤੇ ਮੁੱਖ ਮੰਤਰੀ ਬਾਦਲ ਨੇ ਜਤਾਈ ਹਮਦਰਦੀ ਕਿਹਾ ਗਠਿਤ ਕੀਤੀ ਸੀਨੀਅਰ ਆਗੂਆਂ ਦੀ ਇੱਕ 3 ਮੈਂਬਰੀ ਕਮੇਟੀ ਜਲਦ ਹੀ ਗ੍ਰਹਿ ਮੰਤਰੀ ਕੋਲ ਚੁੱਕੇਗੀ ਰਿਹਾਈ ਦਾ ਮੁੱਦਾ ਉਧਰ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਭਰ ਚ ਭਾਈ ਖਾਲਸਾ ਜੀ ਦੇ ਸਮਰਥਨ ਵਿੱਚ ਸੜਕਾਂ ਤੇ ਉਤਰੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਬੁਲਟਿਨ ਦਾ ਆਗਾਜ਼ ਕਰਦੇ ਹਾਂ ਫਰਾਂਸ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਮੈਗਜ਼ੀਨ ਦੇ ਦਫ਼ਤਰ ਵਿੱਚ ਅਚਾਨਕ ਗੋਲੀਬਾਰੀ ਹੋਣ ਲੱਗੀ ਅਤੇ ਵੇਖਦੇ ਹੀ ਵੇਖਦੇ ਕਈ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ ਪੈਰਿਸ ਦੀ ਮੈਗਜ਼ੀਨ ਚਾਰਲੀ ਹੈਬਦੋ ਦੇ ਦਫ਼ਤਰ ਤੇ ਇਹ ਹਮਲਾ ਹੋਇਆ ਹੈ ਜਿੱਥੇ ਨਕਾਬਪੋਸ਼ ਬੰਦੂਕਧਾਰੀ ਮੈਗਜ਼ੀਨ ਦੇ ਦਫ਼ਤਰ ਵਿੱਚ ਦਾਖਲ ਹੋਏ ਅਤੇ ਅੰਨੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਵਿੱਚ 12 ਲੋਕ ਮਾਰੇ ਗਏ ਦੱਸਿਆ ਜਾ ਰਿਹਾ ਹੈ ਕਿ ਇਸ ਮੈਗਜ਼ੀਨ ਨੇ ਹਾਲ ਹੀ ਵਿੱਚ ਅਬੂ ਬਕਰ ਅਲ ਬਗਦਾਦੀ ਜੋ ਕਿ ISIS ਦਾ ਚੀਫ ਹੈ ਉਸ ਉੱਪਰ ਇੱਕ ਕਾਰਟੂਨ ਟਵੀਟ ਕੀਤਾ ਸੀ ਜਿਸ ਨਾਲ ਇਸ ਹਮਲੇ ਨੂੰ ਜੋੜ ਕੇ ਵੇਖਿਆ ਜਾ ਰਿਹਾ ਹੈ ਛੱਬੀ 11 ਮੁੰਬਈ ਹਮਲੇ ਦੇ ਮਾਸਟਰ ਮਾਇੰਡ ਜ਼ਕੀਰ ਰਹਿਮਾਨ ਲਖਵੀ ਨੂੰ ਪਾਕਿਸਤਾਨੀ ਸੁਪਰੀਮ ਕੋਰਟ ਨੇ ਜ਼ੋਰਦਾਰ ਝਟਕਾ ਦਿੰਦੇ ਹੋਏ ਹਾਈ ਕੋਰਟ ਦੇ ਉਸ ਫੈਸਲੇ ਨੂੰ ਪਲਟ ਦਿੱਤਾ ਹੈ ਜਿਸ ਵਿੱਚ ਅੱਤਵਾਦੀ ਸਰਗਨਾ ਲਖਵੀ ਦੀ ਹਿਰਾਸਤ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਸੀ ਇਸ ਦਾ ਮਤਲਬ ਇਹ ਹੈ ਕਿ ਲਖਵੀ ਫਿਲਹਾਲ ਜੇਲ੍ਹ ਤੋਂ ਬਾਹਰ ਨਹੀਂ ਨਿਕਲ ਪਾਵੇਗਾ ਹਾਲਾਂਕਿ ਭਾਰਤ ਦੇ ਇਸ ਤੇ ਸਖ਼ਤ ਵਿਰੋਧ ਕਰਨ ਤੋਂ ਬਾਅਦ ਲਖਵੀ ਨੂੰ ਇੱਕ ਵੱਖਰੇ ਮਾਮਲੇ ਦੇ ਤਹਿਤ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਪਾਕਿਸਤਾਨ ਦੀ ਇੱਕ ਅੱਤਵਾਦੀ ਨਿਰੋਧੀ ਅਦਾਲਤ ਨੇ 18 ਦਸੰਬਰ ਨੂੰ ਮੁੰਬਈ ਹਮਲੇ ਵਿੱਚ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ ਜਿਸ ਤੋਂ ਬਾਅਦ ਉਸ ਨੂੰ ਇੱਕ ਹੋਰ ਮਾਮਲੇ ਦੇ ਤਹਿਤ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਦਿੱਲੀ ਲਾਹੌਰ ਬੱਸ ਸੇਵਾ ਤੇ ਬ੍ਰੇਕ ਲੱਗ ਗਈ ਹੈ ਭਾਰਤ ਪਾਕ ਵਿਚਾਲੇ ਚੱਲ ਰਹੀ ਇਸ ਬੱਸ ਸੇਵਾ ਨੂੰ ਵਾਹਗਾ ਬਾਰਡਰ ਤੱਕ ਹੀ ਸੀਮਿਤ ਕਰ ਦਿੱਤਾ ਗਿਆ ਹੈ ਦਰਅਸਲ ਨਨਕਾਣਾ ਸਾਹਿਬ 'ਚ ਅੱਤਵਾਦੀ ਹਮਲਾ ਹੋਣ ਦਾ ਖਦਸ਼ਾ ਜਤਾਉਂਦਿਆਂ ਪਾਕਿਸਤਾਨ ਨੇ ਦਿੱਲੀ ਲਾਹੌਰ ਬੱਸ ਸੇਵਾ ਨੂੰ ਵਾਹਗਾ ਬਾਰਡਰ ਤੱਕ ਰੋਕਣ ਦਾ ਫੈਸਲਾ ਲਿਆ ਹੈ ਭਾਰਤ ਪਾਕ ਦੋਸਤੀ ਬੱਸ ਸੇਵਾ 16 ਮਾਰਚ 1999 ਵਿੱਚ ਸ਼ੁਰੂ ਹੋਈ ਸੀ ਅਤੇ ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨ ਤਰਫੋਂ ਬੱਸ ਸੇਵਾ ਤੇ ਰੋਕ ਲਗਾਈ ਗਈ ਹੈ ਪਾਕਿਸਤਾਨ ਸੈਰ ਸਪਾਟਾ ਵਿਕਾਸ ਨਿਗਮ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਕਿ ਹੁਣ ਨਵੀਂ ਦਿੱਲੀ ਅਤੇ ਅੰਮ੍ਰਿਤਸਰ ਲਈ ਜਾਣ ਵਾਲੇ ਯਾਤਰੀਆਂ ਨੂੰ ਵਾਹਗਾ ਤੋਂ ਬੱਸ ਲੈਣੀ ਪਵੇਗੀ ਜਗਮੀਤ ਸਿੰਘ ਬਰਾੜ ਦੇ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਹੁਣ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਜਲੰਧਰ ਵਿਖੇ ਮਾਲਵਾ ਖੇਤਰ ਨਾਲ ਸੰਬੰਧਿਤ ਦਰਜਨਾਂ ਕਾਂਗਰਸੀ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਜਿਨ੍ਹਾਂ 'ਚ ਜ਼ਿਲ੍ਹਾ ਮੋਗਾ ਦੇ ਸਾਬਕਾ MLA ਸਾਥੀ ਵਿਜੇ ਕੁਮਾਰ ਕੋਟਕਪੁਰਾ ਦੇ ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ ਸਮੇਤ 15 ਅਹੁਦੇਦਾਰ ਸ਼ਾਮਿਲ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਭ੍ਰਿਸ਼ਟ ਵਿਅਕਤੀਆਂ ਦੀ ਪਾਰਟੀ ਬਣ ਚੁੱਕੀ ਹੈ ਕਿਉਂਕਿ ਪਾਰਟੀ ਵਿੱਚ ਕੋਈ ਵੀ ਅਹੁਦਾ ਲੈਣ ਲਈ ਮੋਟੀਆਂ ਰਕਮਾਂ ਲਈਆਂ ਜਾਂਦੀਆਂ ਨੇ ਆਗੂਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਵਰਕਰਾਂ ਨਾਲ ਕੀਤੀਆਂ ਮਾੜੀਆਂ ਨੀਤੀਆਂ ਦਾ ਪਰਦਾਫਾਸ਼ ਜਲਦ ਹੀ ਕੀਤਾ ਜਾਏਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਠਿਤ ਕੀਤੀ ਸੀਨੀਅਰ ਆਗੂਆਂ ਦੀ ਇੱਕ 3 ਮੈਂਬਰੀ ਕਮੇਟੀ ਜਲਦ ਹੀ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲ ਕੇ ਸਿੱਖ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਚੁੱਕੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਸਿੱਖ ਬੰਦੀ ਕੈਦੀਆਂ ਦੇ ਮਾਮਲੇ ਉੱਤੇ ਪੰਜਾਬ ਸਰਕਾਰ ਬਹੁਤ ਹੀ ਗੰਭੀਰਤਾ ਅਤੇ ਹਮਦਰਦੀ ਨਾਲ ਵਿਚਾਰ ਕਰ ਰਹੀ ਹੈ ਮੁੱਖ ਮੰਤਰੀ ਇੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ ਜੋ ਅਸੀਂ ਕਰ ਸਕਦੇ ਹਾਂ ਸਾਡਾ ਹੁਣ ਡੈਪੂਟੇਸ਼ਨ ਕੱਲ ਮੀਟਿੰਗ ਹੋਈ ਹੈ ਹੋਮ ਮਿਨਿਸਟਰ ਨੂੰ ਮਿਲੇਗਾ ਔਰ ਜੇਟਲੀ ਸਾਹਿਬ ਨੂੰ ਵੀ ਮਿਲੇਗਾ ਅਸੀਂ ਅਗਾਂਹ ਜਾ ਕੇ ਦੂਜੇ ਨੂੰ ਜਿਹੜਾ ਕਹਿਣਾ ਹੋਵੇ ਨਾ ਜਾਂ ਦੂਜੀਆਂ ਸਟੇਟਾਂ ਦੇ ਜਿਹੜੇ ਕੈਦੀ ਉਹ ਅਸੀਂ ਤਾਂ ਇੰਨਾ ਕੁਝ ਕਰ ਸਕਦੇ ਸਾਰੀ ਗੱਲ ਸਮਝਣਾ ਇੱਕ ਸੁਪਰੀਮ ਕੋਰਟ ਨੇ ਇੱਕ ਫੈਸਲਾ ਕਰਤਾ
ਇੱਕ ਜਿਹੜੀ ਅਸੀਂ ਅੱਗੇ ਰਮਿਸ਼ਨ ਦਿੰਦੇ ਹੁੰਦੇ ਹਾਂ ਉਹ ਰਮਿਸ਼ਨ ਉਹਨਾਂ ਨੇ ਬੰਦ ਕਰਤੀ ਵੀ ਕੋਈ ਰਮਿਸ਼ਨ ਨਹੀਂ ਇਸ ਕਰਕੇ ਹੁਣ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਉਹਨਾਂ ਨੇ ਕਾਂਸਟੀਟਿਊਸ਼ਨ ਬੈਂਚ ਤੇ ਉਹ ਰੱਖਿਆ ਵੀ ਇਹਦਾ ਫੈਸਲਾ ਕਰੇ ਉਹ ਅਸੀਂ ਮੂਵ ਕਰ ਰਹੇ ਹਾਂ ਕਿ ਕਾਂਸਟੀਟਿਊਸ਼ਨ ਬੈਂਚ ਜਲਦੀ ਉਹ ਸੁਣ ਕੇ ਇਸ ਤੇ ਫੈਸਲਾ ਦੇਵੇ ਕਿਉਂਕਿ ਦੂਜੀਆਂ ਰਿਹਾਈਆਂ ਵੀ ਅਟਕ ਗਈਆਂ ਜਿਹੜੀਆਂ ਆਮ ਕ੍ਰਾਈਮ ਦੀਆਂ ਰਿਹਾਈਆਂ ਹੁੰਦੀਆਂ ਨਾ ਜੀ ਉਹ ਵੀ ਉਸ ਨਾਲ ਅਟਕ ਗਈ ਬੰਦੀ ਸਿੱਖਾਂ ਦੀ ਰਿਹਾਈ ਦੇ ਮਸਲੇ ਦੀ ਗੂੰਜ ਪੂਰੇ ਪੰਜਾਬ ਵਿਚ ਗੂੰਜ ਰਹੀ ਹੈ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੱਦੇ ਤੇ ਸੂਬੇ ਭਰ ਵਿਚ ਕਾਲੀਆਂ ਝੰਡੀਆਂ ਲੈ ਕੇ ਸਿੱਖਾਂ ਦੀ ਰਿਹਾਈ ਲਈ ਆਵਾਜ਼ ਉਠਾਈ ਗਈ ਇਸ ਦੇ ਚਲਦੇ ਫਤਿਹਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਵਿਚ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਖਾਲਸਾ ਜੀ ਦੇ ਸਮਰਥਨ ਵਿਚ ਨਾਅਰੇਬਾਜ਼ੀ ਕਰਕੇ ਰੈਲੀਆਂ ਕੱਢੀਆਂ ਗਈਆਂ ਅੰਤਰਿਮ ਕਮੇਟੀ ਦੇ ਮੈਂਬਰਾਂ ਵੱਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸਮਰਥਨ ਵਿਚ ਨਾਅਰੇ ਲਗਾਏ ਗਏ ਉਨ੍ਹਾਂ ਕਿਹਾ ਕਿ ਕਈ ਸਿੱਖ ਨੌਜਵਾਨ ਜੋ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਫਿਰ ਵੀ ਧੱਕੇ ਨਾਲ ਪੰਜਾਬ ਰਾਜ ਭਾਰਤ ਦੇ ਹੋਰ ਵੱਖ ਵੱਖ ਰਾਜਾਂ ਦੀਆਂ ਜੇਲਾਂ ਵਿਚ ਬੰਦ ਨੇ ਇਨ੍ਹਾਂ ਵਿਚੋਂ ਕਈ ਆਪਣੀਆਂ ਅੱਖਾਂ ਦੀਆਂ ਨਜ਼ਰਾਂ ਵੀ ਗੁਆ ਚੁੱਕੇ ਨੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਾਂ ਨੂੰ ਜਲਦ ਤੋਂ ਜਲਦ ਪੱਕੇ ਤੌਰ ਤੇ ਰਿਹਾ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਆ ਉਹਨਾਂ ਦੀ ਪੂਰਨ ਹਮਾਇਤ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਅੱਜ ਹਿੰਦੁਸਤਾਨ ਦੀ ਸਭ ਤੋਂ ਸੁਪਰੀਮ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਇਹਦੇ ਸੰਬੰਧੀ ਵਕੀਲਾਂ ਦਾ ਇੱਕ ਪੈਨਲ ਲੈ ਕੇ ਜਾ ਰਹੀ ਹੈ ਤਾਂ ਕਿ ਉਹਨਾਂ ਦੀ ਰਿਹਾਈ ਜਿਹੜੀ ਹੈ ਉਹ ਸੰਭਵ ਕਰਵਾਈ ਜਾ ਸਕੇ ਅੱਜ ਡੀ ਸੀ ਫਤਿਹਗੜ੍ਹ ਸਾਹਿਬ ਨੂੰ ਇੱਕ ਮੈਮੋਰੈਂਡਮ ਦਿੱਤਾ ਜਿਸ ਵਿੱਚ ਜਿਹੜੇ ਸਿੰਘ ਜੇਲ੍ਹਾਂ ਕੱਟ ਚੁੱਕੇ ਨੇ ਆਪਣੀ ਕੈਦ ਪੂਰੀ ਕਰ ਚੁੱਕੇ ਨੇ ਕਾਨੂੰਨ ਮੁਤਾਬਕ ਉਹਨਾਂ ਦੀ ਜਿਹੜੀ ਰਿਹਾਈ ਹੈ ਉਹ ਜਲਦੀ ਤੋਂ ਜਲਦੀ ਕਰਾਈ ਜਾਵੇ ਕਿਉਂਕਿ ਕਈ ਸਿੰਘ ਦਾ ਵਿੱਚੋਂ ਤਿੰਨ ਤਿੰਨ ਚਾਰ ਚਾਰ ਗੁਣਾ ਜਿਹੜੀ ਕੈਦ ਆ ਉਹ ਕੱਟ ਚੁੱਕੇ ਨੇ ਜਿਹੜੀਆਂ ਸਜ਼ਾਵਾਂ ਸਿੰਘਾਂ ਵੱਲੋਂ ਚੁੱਕੀਆਂ ਹਨ ਉਹਨਾਂ ਨੂੰ ਤੁਰੰਤ ਜਿਹੜਾ ਰਿਹਾਅ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਵੱਲੋਂ ਅੱਜ ਦੇ ਦਿਨ ਮੰਗ ਪੱਤਰ ਦੇਣ ਦੇ ਲਈ ਸਮੂਹ ਸਿੱਖ ਪੰਥ ਨੂੰ ਅਪੀਲ ਕੀਤੀ ਗਈ ਸੀ ਜਿਸ ਦੇ ਮੱਦੇਨਜ਼ਰ ਜਥੇਬੰਦੀ ਅਤੇ ਹੋਰ ਨਾਲ ਜਥੇਬੰਦੀਆਂ ਨੇ ਰਲ ਕੇ ਅੱਜ ਜਿਹੜਾ ਵਾ ਡੀ ਸੀ ਰਵੀ ਵਿਰਕ ਧੋਰਾ ਨੂੰ ਮੰਗ ਪੱਤਰ ਦਿੱਤਾ ਹੈ ਇਹ ਮਨੁੱਖੀ ਅਧਿਕਾਰਾਂ ਦੇ ਦਾਇਰੇ ਵਿੱਚ ਹੀ ਆਉਂਦਾ ਹੈ ਕਿ ਕਿਉਂ ਇੱਕ ਕੋਈ 92 ਸਾਲ ਦਾ ਹੈ ਕੋਈ 64 ਸਾਲ ਦਾ ਹੈ ਕੋਈ 72 ਸਾਲ ਦਾ ਹੈ ਸਾਰੀ ਉਮਰ ਉਹਨਾਂ ਨੇ ਜੇਲ੍ਹਾਂ ਵਿੱਚ ਕੱਟ ਲਈ ਹੈ ਅਤੇ ਹੁਣ ਉਹਨਾਂ ਦਾ ਅਧਿਕਾਰ ਆ ਵੀ ਉਹ ਆਸ ਜਿਹੜੀ ਆਖਰਲੇ ਪੜਾਅ ਆ ਉਹ ਬਾਹਰ ਦੀ ਹਵਾ ਖਾ ਸਕਣ ਗੁਰਦੁਆਰਾ ਲਖਨੌਰ ਸਾਹਿਬ ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ 55ਵੇਂ ਦਿਨ ਵੀ ਜਾਰੀ ਰਹੀ ਭਾਈ ਖਾਲਸਾ ਦੀ ਸਿਹਤ ਦਿਨ ਪ੍ਰਤੀ ਦਿਨ ਚਿੰਤਾਜਨਕ ਬਣਦੀ ਜਾ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਖਾਲਸਾ ਦਾ 20 ਕਿਲੋ ਭਾਰ ਘੱਟ ਹੋ ਚੁੱਕਿਆ ਹੈ ਅਜਿਹੇ ਵਿਚ ਖਾਲਸਾ ਹਾਲੇ ਵੀ ਆਪਣੀ ਮੰਗ ਤੇ ਬਜਿਦ ਨੇ ਉਧਰ ਅੰਬਾਲਾ ਦੀ ਸੰਗਤ ਵੱਲੋਂ ਵੀ ਕਾਲੇ ਝੰਡੇ ਲੈ ਕੇ ਰੋਸ ਮੁਜ਼ਾਹਰਾ ਕਰਦਿਆਂ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ ਦਿਨ ਹੋ ਗਿਆ ਜੀ ਭੁੱਖ ਹੜਤਾਲ ਦਾ ਅੱਜ ਅਸੀਂ ਰੇਟ ਕੀਤਾ 59.5 ਕੇ ਜੀ ਹੈ ਜੀ ਸਾਢੇ 20 ਕਿਲੋ ਰੇਟ ਘੱਟ ਗਿਆ ਜੀ ਅਤੇ ਬੀ ਪੀ 104/72 ਹੈ ਜੀ ਪਲਸ 72 ਪਰ ਮਿੰਟ ਹੈ ਜੀ ਅਤੇ ਸ਼ੂਗਰ ਲੈਵਲ ਬਾਈ ਗਲੂਕੋਮੀਟਰ ਅਸੀਂ ਚੈੱਕ ਕੀਤੇ ਹੈ ਜੀ 95 ਚੱਲ ਰਿਹਾ ਜੀ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬੀਤੇ 14 ਨਵੰਬਰ ਤੋਂ ਭੁੱਖ ਹੜਤਾਲ ਤੇ ਅੰਬਾਲਾ 'ਚ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸਮਰਥਨ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਭਾਈ ਖਾਲਸਾ ਦੇ ਸਮਰਥਨ 'ਚ ਸੋਮਵਾਰ 12 ਜਨਵਰੀ ਨੂੰ ਪ੍ਰਧਾਨ ਮੰਤਰੀ ਨੂੰ ਮਿਲ ਕੇ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਹੈ ਕਾਂਗਰਸ ਸਰਕਾਰ ਤੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣ ਦਾ ਦੋਸ਼ ਲਗਾਉਂਦੇ ਹੋਏ ਜੀਕੇ ਨੇ ਸਾਜ਼ਿਸ਼ ਤਹਿਤ ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਐਲਾਨਣ ਤੇ ਵੀ ਰੋਸ ਜਤਾਇਆ ਫੈਸਲਾ ਲਿਆ ਗਿਆ ਕਿ ਜਿਹਦੇ ਲਈ ਭਾਈ ਗੁਰਬਖਸ਼ ਸਿੰਘ ਹੋਰੀ ਬੈਠੇ ਨੇ ਜਿਹਨਾਂ ਇਸ਼ੂਜ਼ ਉਹਨੂੰ ਅਸੀਂ ਸਪੋਰਟ ਕਰਦੇ ਹਾਂ ਔਰ ਅਸੀਂ ਆਲਰੇਡੀ ਹੋਮ ਮਿਨਿਸਟਰ ਨੂੰ ਮਿਲ ਕੇ ਸੰਤ ਸਮਾਜ ਦੇ ਨਾਲ ਔਰ ਬਾਕੀ ਜਥੇਬੰਦੀਆਂ ਦੇ ਨਾਲ ਸਾਰਾ ਡਿਟੇਲ ਦੇ ਆਏ ਸੀ ਪੰਜਾਬ ਦੇ ਮੁੱਖ ਮੰਤਰੀ ਸਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਲੈਟਰ ਲਿਖਿਆ ਔਰ ਸੋਮਵਾਰ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਰੇ ਇਲੈਕਟਿਡ ਮੈਂਬਰਸ ਜਿਹੜੇ ਨੇ ਉਹ ਮਿਲਣ ਜਾ ਰਹੇ ਨੇ ਪ੍ਰਧਾਨ ਮੰਤਰੀ ਨੂੰ ਔਰ ਅਸੀਂ ਇਹਨਾਂ ਬੰਦਿਆਂ ਦੀ ਜਿਹੜੇ ਬੰਦੇ 25-25 ਸਾਲ ਤੋਂ 20-20 ਸਾਲ ਤੋਂ ਉੱਤੇ ਹੋ ਗਏ ਨੇ ਜੇਲ੍ਹਾਂ 'ਚ ਬੈਠੇ ਨੇ ਇੱਕ ਦਿਨ ਦੀ ਉਹਨਾਂ ਦੀ ਪੇਰੋਲ ਨਹੀਂ ਹੈ ਔਰ ਉਹਨਾਂ ਨੂੰ ਉਹਨਾਂ ਦੀ ਰਿਹਾਈ ਵਾਸਤੇ ਅਸੀਂ ਸਰਕਾਰ ਅੱਗੇ ਅਪੀਲ ਕਰ ਰਹੇ ਹਾਂ ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਹੋਮ ਮਿਨਿਸਟਰ ਸਾਹਿਬ ਨੂੰ ਲਿਖਤੀ ਤੌਰ 'ਤੇ ਭੇਜਿਆ ਹੈ ਇਹਦੇ ਇਲਾਵਾ ਕੱਲ੍ਹ ਕੋਰ ਕਮੇਟੀ ਦੀ ਬੈਠਕ ਹੋਈ ਚੰਡੀਗੜ੍ਹ ਅੰਦਰ ਜਿੱਥੇ ਇਸ ਗੱਲ 'ਤੇ ਫੈਸਲਾ ਲਿਆ ਗਿਆ ਕਿ ਇਹਨੂੰ ਅਗਰੈਸਿਵਲੀ
ਫੋਲੋਅਪ ਕੀਤਾ ਜਾਵੇ ਔਰ ਜਿਸ ਤਰੀਕੇ ਵੀ ਬਣ ਪਾਏ ਉਹਨਾਂ ਲੋਕਾਂ ਨੂੰ ਜਿਹੜਾ ਦੀ ਜਾਇਜ਼ ਸਜ਼ਾ ਪੂਰੀ ਹੋ ਚੁੱਕੀ ਹੈ ਔਰ ਜਾਇਜ਼ ਉਹਨਾਂ ਦਾ ਕੇਸ ਆ ਉਹਨਾਂ ਦੇ ਵਾਸਤੇ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਰਸਤੇ ਲੱਭੇ ਜਾਣ। ਜਿੱਥੋਂ ਤੱਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਗੱਲ ਆ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅਸੀਂ ਪਹਿਲਾਂ ਵੀ ਕੇਂਦਰ ਦੇ ਗ੍ਰਹਿ ਮੰਤਰੀ ਜੀ ਨੂੰ ਮਿਲ ਕੇ ਆਏ ਸੀਗੇ ਮਾਨੀ ਰਾਜਨਾਥ ਜੀ ਨੂੰ ਔਰ ਦੁਬਾਰਾ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਪਏ ਹਾਂ ਔਰ ਕੱਲ੍ਹ ਪਰਸੋਂ ਮੰਡੇ ਨੂੰ ਹੋਮ ਮਿਨਿਸਟਰ ਆਪਣੇ ਸੋਰੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਅਸੀਂ ਕਿਹਾ ਹੈ, ਉਹਨਾਂ ਨੂੰ ਵੀ ਮੈਮੋਰੈਂਡਮ ਦੇਣ ਜਾ ਰਹੇ ਹਾਂ ਕਿ ਇਹ ਬਹੁਤ ਇਹਨੂੰ ਸੀਰੀਅਸ ਇਸ਼ੂ ਨੂੰ ਇਹਨੂੰ ਬੜੇ ਸੀਰੀਅਸ ਤੇ ਪਹਿਲ ਦੇ ਆਧਾਰ ਤੇ ਇਹਦਾ ਰਸਤਾ ਕੱਢਣਾ ਚਾਹੀਦਾ। ਹੁਣ ਇਹ ਮੋਦੀ ਸਰਕਾਰ ਹੀ ਇਹ ਜ਼ੁਲਮ ਨੂੰ ਠੱਲ ਪਾ ਸਕਦੀ ਹੈ, ਇਸ ਵਾਸਤੇ ਸਾਡੀ ਚੁੱਪੁਰ ਜੋ ਅਪੀਲ ਹੈ ਕਿ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸੋਮਵਾਰ ਨੂੰ ਮਿਲਣ ਜਾ ਰਹੇ ਹਾਂ ਸਾਰੀ ਦਿੱਲੀ ਕਮੇਟੀ ਪ੍ਰਧਾਨ ਸਾਹਿਬ ਦੀ ਮਨਜੀਤ ਸਿੰਘ ਦੀ ਅਗਵਾਈ ਵਿੱਚ, ਅਤੇ ਉੱਥੇ ਅਸੀਂ ਮੰਗ ਕਰਾਂਗੇ ਕਿ ਬਈ ਜਿਹੜੇ ਨਿਰਦੋਸ਼ ਲੋਕ ਜ਼ਿਲ੍ਹਾਂ 'ਚ ਬੰਦ ਨੇ ਉਹਨਾਂ ਸਾਰਿਆਂ ਨੂੰ ਛੱਡਿਆ ਜਾਏ। ਭਾਈ ਗੁਰਬਖਸ਼ ਸਿੰਘ ਖਾਲਸਾ ਬੜੀ ਜਾਇਜ਼ ਮੰਗ ਲੈ ਕੇ ਬੈਠੇ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਡੈਮੋਕ੍ਰੇਸੀ ਦਾ ਮੁਲਕ ਹੈ, ਇੱਥੇ ਹਰ ਧਰਮ ਨੂੰ ਇੱਕ ਅੱਖ ਨਾਲ ਦੇਖਿਆ ਜਾਂਦਾ ਪਰ ਸਿੱਖਾਂ ਨਾਲ ਹਮੇਸ਼ਾ ਵਿਤਕਰੇ ਹੁੰਦੇ ਆਏ ਹੈ, ਚਾਹੇ ਉਹ 84 ਦਾ ਮਸਲਾ ਹੋਵੇ ਚਾਹੇ ਉਹ ਨਿਰੰਕਾਰੀ ਕਾਂਡ ਹੋਵੇ ਔਰ ਹੁਣ ਇਹ ਜਿਹੜੇ ਸਾਡੇ ਵੀਰ ਜੇਲ੍ਹਾਂ ਕੱਢ ਚੁੱਕੇ ਨੇ ਔਰ ਮੈਂ ਕਿਹਾ ਕੋਈ 85 ਸਾਲ ਦਾ ਕੋਈ 90 ਸਾਲ ਦਾ। ਮੈਂ ਬੇਨਤੀ ਕਰਾਂਗਾ ਮੋਦੀ ਸਰਕਾਰ ਨੂੰ ਰਾਜਨਾਥ ਸਿੰਘ ਨੂੰ ਕਿ ਆਪ ਐਕਸ਼ਨ ਲਵੋ, ਹੁਣ ਟਾਈਮ ਐਕਸ਼ਨ ਦਾ ਹੈਗਾ ਔਰ ਹੁਣ ਆਉਣ ਵਾਲੇ 5 ਸਾਲ ਵੀ ਤੁਹਾਡੇ ਕੋਲ ਨੇ ਔਰ ਇਹ ਸਰਕਾਰ ਆਪਣੇ ਆਪ ਵਿੱਚ ਇੱਕ ਸਰਕਾਰ ਹੈ, ਇਹ ਕਿਸੇ ਦੇ ਬਲਬੂਤੇ 'ਤੇ ਨਹੀਂ ਖੜੀ, ਤੋ ਜੋ ਵਾਅਦੇ ਤੁਸੀਂ ਸਿੱਖਾਂ ਨਾਲ ਕੀਤੇ ਸੀ ਉਹ ਪੂਰੇ ਕਰਨ। ਮੋਰਿੰਡਾ ਨੇੜੇ ਪਿੰਡ ਪਤਰੇੜੀਆਂ ਜੱਟਾਂ ਵਿਖੇ ਸੰਤ ਬਾਬਾ ਚਮੇਲ ਸਿੰਘ ਜੀ ਦੀ 7ਵੀਂ ਬਰਸੀ 9 ਜਨਵਰੀ ਨੂੰ ਮਨਾਉਣ ਲਈ ਗੁਰਦੁਆਰਾ ਸਾਹਿਬ ਤੇ ਮੁੱਖ ਸੇਵਾਦਾਰ ਸੰਤ ਬਾਬਾ ਕੇਸਰ ਜੀ ਦੀ ਰਹਿਨਮਾਈ ਹੇਠ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਨੇ। ਇਸ ਮੌਕੇ ਸੰਤ ਬਾਬਾ ਕੇਸਰ ਸਿੰਘ ਜੀ ਨੇ ਦੱਸਿਆ ਕਿ 9 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਇੱਕ ਮਹਾਨ ਕੀਰਤਨ ਦਰਬਾਰ ਵੀ ਆਯੋਜਿਤ ਕੀਤਾ ਜਾਏਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਟਾਡੀ ਜਥੇ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਤਾਂ ਸਾਰੇ ਆਉਣਗੇ ਜੀ, ਜੋ ਵੀ ਜਿੱਥੇ ਤੱਕ ਪਤਾ ਸਾਰੇ ਮਹਾਂਪੁਰਸ਼ ਪਹੁੰਚਣਗੇ ਜੀ। ਬਾਕੀ ਇਹ ਸੰਬੰਧ ਤਾਂ ਇਹੀ ਹੈ ਜੀ, ਜੋ ਮਾਲਕਾਂ ਨੇ ਆਪਣੀ ਸੇਵਾ ਸਿਮਰਨ ਕਰਿਆ ਉਹਨਾਂ ਦੇ ਆਧਾਰ 'ਤੇ ਹੀ ਇਹ ਬਰਸੀ ਮਨਾਈ ਜਾਂਦੀ ਹੈ ਜੀ। ਇਹੀ ਸਾਨੂੰ ਖੁਸ਼ੀ ਹੈ ਵੀ ਅਸੀਂ ਉਹਨਾਂ ਦਾ ਦਿਨ ਬੜਾ ਖੁਸ਼ੀ ਨਾਲ ਮਨਾਉਂਦੇ ਰਹੀਏ, ਜੇਕਰ ਮਾਲਕ ਮਹਾਰਾਜ ਆਪਣੇ ਮਹਾਂਪੁਰਸ਼ਾਂ ਦੇ ਸੰਬੰਧ ਵੇਲੇ ਮਾਲਕ ਦੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਇਹ ਕਰਦੇ ਹਨ। ਇਸ ਪਾਵਨ ਪਵਿੱਤਰ ਅਸਥਾਨ 'ਤੇ ਸ਼੍ਰੀ ਮਾਨ ਸੰਤ ਬਾਬਾ ਚਮੇਲ ਸਿੰਘ ਜੀ ਮਹਾਰਾਜ ਦੀ 7ਵੀਂ ਬਰਸੀ ਸੰਤ ਬਾਬਾ ਕੇਸਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਹਿਣਮਾਈ ਦੇ ਹੇਠ 7ਵੀਂ ਬਰਸੀ ਮਹਾਂਪੁਰਸ਼ਾਂ ਦੀ ਮਨਾਈ ਜਾ ਰਹੀ ਹੈ। ਮਹਾਂਪੁਰਸ਼ਾਂ ਨੇ ਇਸ ਪਾਵਨ ਪਵਿੱਤਰ ਅਸਥਾਨ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਅਣਥੱਕ ਸੇਵਾ ਕੀਤੀ ਅਤੇ ਬਹੁਤ ਬੇਅੰਤ ਟੁੱਟੀਆਂ ਹੋਈਆਂ ਰੂਹਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਨਾਲ ਜੋੜਿਆ, ਬੇਅੰਤ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਹੋਏ ਅੰਮ੍ਰਿਤ ਛਕਾਉਂਦੇ ਹੋਏ ਇਸ ਸਥਾਨ ਦੀ ਪੂਰਨ ਮਰਿਆਦਾ ਅਨੁਸਾਰ ਮਹਾਂਪੁਰਸ਼ਾਂ ਨੇ ਸੇਵਾ ਨਿਭਾਈ। ਜ਼ਿਲ੍ਹਾ ਗੁਰਦਾਸਪੁਰ ਚ ਪੈਂਦੇ ਪਿੰਡ ਅਗਵਾਨ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਯਾਦ ਨੂੰ ਸਮਰਪਿਤ ਸਲਾਨਾ ਬਰਸੀ ਮਨਾਈ ਗਈ, ਜਿਸ ਵਿਚ ਦਮਦਮੀ ਟਪਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ, ਸੁਖਵਿੰਦਰ ਸਿੰਘ ਅਗਵਾਨ, ਭਤੀਜਾ ਭਾਈ ਸਤਵੰਤ ਸਿੰਘ ਅਤੇ ਹੋਰ ਵੀ ਪੰਥਕ ਸ਼ਖਸੀਅਤਾਂ ਹਾਜ਼ਰ ਹੋਈਆਂ। ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਖੁੱਲੇ ਪੰਡਾਲ ਵਿਚ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ, ਉਪਰੰਤ ਆਈਆਂ ਹੋਈਆਂ ਪੰਥਕ ਸ਼ਖਸੀਅਤਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਗਈ। ਇਸ ਮੌਕੇ ਭਾਈ ਸਤਵੰਤ ਸਿੰਘ ਦੀ ਸੁਪਤਨੀ ਬੀਬੀ ਸੁਰਿੰਦਰ ਕੌਰ ਨੂੰ ਵੀ ਯਾਦ ਕੀਤਾ ਗਿਆ। ਦੇਸ਼ ਔਰ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹਨਾਂ ਤਿੰਨਾਂ ਸ਼ਹੀਦਾਂ ਦੀ ਯਾਦ ਵਿੱਚ ਨਗਰ ਅਗਵਾਨ ਦੀ ਧਰਤੀ ਜਿੱਥੇ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਜੀ ਦਾ ਜਨਮ ਹੋਇਆ, ਉਹਨਾਂ ਦੀ ਤਿੰਨਾਂ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਦੀਵਾਨ ਹਾਲ ਜੋ ਉਸਾਰਿਆ ਜਾਣਾ, ਉਸ ਦੀ ਸੇਵਾ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਆਰੰਭ ਕੀਤੀ ਜਾਏਗੀ ਔਰ ਉਹ ਸੇਵਾ ਸਾਰੀ ਦਮਦਮੀ ਟਕਸਾਲ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੁਆਰਾ ਹੋਏਗੀ। ਹੋਰ ਵੀ ਸੰਗਤਾਂ ਸੇਵਾਵਾਂ ਕਰ ਰਹੀਆਂ, ਆਓ ਆਪਾਂ ਸ਼ਹੀਦਾਂ ਦੀ ਇਹ ਸ਼ਹੀਦੀ ਦੀਵਾਨ ਹਾਲ ਦੀ ਉਸਾਰੀ ਜੋ ਹੋ ਰਹੀ ਹੈ, ਯਾਦਗਾਰ ਬਣ ਰਹੀ ਹੈ, ਉਹਦੇ ਵਿੱਚ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਈਏ। ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ, ਉਹਨਾਂ ਦਾ 26ਵਾਂ ਦਿਹਾੜਾ ਪਿੰਡ ਅਗਵਾਨ ਦੀ ਧਰਤੀ ਵਿਖੇ ਮਨਾਇਆ ਜਾ ਰਿਹਾ। ਦਮਦਮੀ ਟਕਸਾਲ ਦੇ 16ਵੇਂ ਮੁਖੀ ਬਾਬਾ ਹਰਨਾਮ ਸਿੰਘ ਜੀ ਦਮਦਮੀ ਟਕਸਾਲ, ਜੋ ਕਿ ਸ਼ਹੀਦੀ ਯਾਦਗਾਰ ਪਿੰਡ ਅਗਵਾਨ ਵਿਖੇ ਬਾਨੀ ਆ, ਉਹਦੀ ਅਗਵਾਈ ਕਰਨਗੇ। ਪਰਿਵਾਰ ਵੱਲੋਂ ਇਸ ਸੇਵਾ ਬਾਬਾ ਹਰਨਾਮ ਸਿੰਘ ਜੀ ਨੂੰ ਸੌਂਪੀ ਗਈ। ਤੇ ਸਨ ਹੁਣ ਤੱਕ ਦੀਆਂ ਖਬਰਾਂ ਤੇ ਹੁਣ ਤੁਸੀਂ ਦੇਖੋਗੇ ਖਬਰਾਂ ਫਟਾਫਟ।